ਚੀਜ਼ ਦੱਸਣ ਲੱਗਾ ਨਾ ਇਹ ਆਪਣੇ ਦਿਮਾਗ ਦੇ ਵਿੱਚ ਇੱਕ ਬਿਠਾ ਲਓ ਕਿ ਲਾਈਵ ਦੇ ਵਿੱਚ ਬੱਚੇ ਧਿਆਨ ਨਾਲ ਸੁਣੋ ਜਿਹੜੀ ਗੱਲ ਕਹਿ ਰਹੇ ਸੀ ਜਦ ਤੱਕ ਤੁਹਾਡਾ ਕੋਈ ਨਿਸ਼ਾਨਾ ਨਹੀਂ ਤੁਹਾਡਾ ਕੋਈ ਏਮ ਨਹੀਂ ਤੁਸੀਂ ਲਾਈਵ ਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਔਰ ਸਾਨੂੰ ਪਤਾ ਵੀ ਕੰਪੀਟੀਸ਼ਨ ਕਿੰਨਾ ਸਾਨੂੰ ਇਸ ਚੀਜ਼ ਦਾ ਪਤਾ ਵੀ ਜੇ ਕੋਈ ਇੱਕ ਚਪੜਾਸੀ ਦੀ ਪੋਸਟ ਆ ਤੇ ਉੱਥੇ ਬੰਦੇ ਕੌਣ ਅਪਲਾਈ ਕਰਦਾ ਉੱਥੇ ਐਮ ਟੈਕ ਪੀ ਐਚ ਡੀ ਤੱਕ ਬੰਦੇ ਅਪਲਾਈ ਕਰਦੇ ਆ ਚਪੜਾਸੀ ਦੀ ਗੌਰਮੈਂਟ ਦੀ ਪੋਸਟ ਲੈਣ ਲਈ ਇੰਨਾ ਕੰਪੀਟੀਸ਼ਨ ਇਸ ਦੇਸ਼ ਵਿੱਚ ਆ ਤੁਸੀਂ ਇਸ ਕਾਲਜ ਤੋਂ ਜਦੋਂ ਬਾਹਰ ਜਾਣਾ ਔਰ ਤੁਹਾਡੇ ਤੇ ਇੱਕ ਜ਼ਿੰਮੇਵਾਰੀ ਪੈਣੀ ਆ ਵੀ ਆਪਾਂ ਕਰੀਏ ਉਦੋਂ ਕੀ ਕਰੂੰਗੇ ਮੈਨੂੰ ਦੱਸੋ ਜਿੱਦਾਂ ਦੀ ਤੁਹਾਡੀ ਸਕਿੱਲ ਹੈਗੀ ਆ ਉਸ ਸਕਿੱਲ ਨੂੰ ਲੈ ਕੇ ਤੁਸੀਂ ਲਾਈਫ ਨੂੰ ਕਦੀ ਵਿਨ ਕਰ ਸਕਦੇ ਮੈਨੂੰ ਦੱਸੋ ਆਪਾਂ ਸਾਰੇ ਬੱਚਿਆਂ ਨੇ ਕਿਹਾ ਕਿ ਨਹੀਂ ਹਲੇ ਸੋਚਿਆ ਨਹੀਂ ਆਪਾਂ ਲਾਈਫ ਲਈ ਜਦੋਂ ਤੁਸੀਂ ਸੋਚਣਾ ਸ਼ੁਰੂ ਕਰੋਗੇ ਤੁਸੀਂ ਬਹੁਤ ਦੇਰ ਕਰ ਦੂੰਗੇ ਆਮ ਤੌਰ 'ਤੇ ਸਾਡੇ ਇੱਥੇ ਕੀ ਪ੍ਰੋਬਲਮ ਆ ਅਸੀਂ ਸੋਚਣਾ ਸ਼ੁਰੂ ਕਰਦੇ ਅਸੀਂ ਪਲੱਸ ਟੂ ਤੋਂ ਬਾਅਦ ਕਹਿੰਦੇ ਕੋਈ ਨਹੀਂ ਬੀ ਏ ਹੀ ਕਰਨੀ ਆ ਬੀ ਏ ਤੋਂ ਬਾਅਦ ਕਹਿੰਦੇ ਚਲੋ ਐੱਮ ਏ ਕਰ ਲਓ ਐੱਮ ਏ ਤੋਂ ਬਾਅਦ ਸਾਨੂੰ ਲੱਗਦਾ ਆ ਵੀ ਜਿਹੜੀ ਐੱਮ ਏ ਕੀਤੀ ਆ ਉੱਦਾਂ ਸਾਨੂੰ ਕਰਨੀ ਨਹੀਂ ਸੀ ਚਾਹੀਦੀ ਸਾਨੂੰ ਐੱਮ ਏ ਤਾਂ ਪ੍ਰੋਪਰ ਕਰਨੀ ਚਾਹੀਦੀ ਸੀ ਸਾਨੂੰ ਗ੍ਰੈਜੂਏਸ਼ਨ ਤਾਂ ਪ੍ਰੋਪਰ ਕਰਨੀ ਚਾਹੀਦੀ ਸੀ ਉਸ ਵੇਲੇ ਸਾਨੂੰ ਅਹਿਸਾਸ ਹੁੰਦਾ ਵੀ ਅਸੀਂ ਕਿੰਨੀ ਗਲਤੀ ਕਰ ਲਈ ਅਸੀਂ ਤਾਂ ਇੱਕ ਨੋਰਮਲੀ ਬੀ ਏ ਕਰ ਲਈ ਐੱਮ ਏ ਅਸੀਂ ਐਵੇਂ ਹੀ ਕਰ ਲਈ ਠੀਕ ਆ ਨਾ ਲਾਈਫ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੀ ਲਾਈਫ ਦੇ ਵਿੱਚ ਅੱਜ ਜਾ ਕੇ ਕੀ ਕਰਨਾ ਮਾਮਾ ਹੌਲੀ ਹੌਲੀ ਕਰੋ ਦਿਮਾਗ 'ਤੇ ਬੋਝ ਨਾ ਪਾਓ ਇੱਕ ਗੋਲ ਸੈਟਿੰਗ ਕਰਨੀ ਤੁਸੀਂ ਸਾਡੇ ਦਿਮਾਗ ਦੇ ਵਿੱਚ ਇੱਕ ਗੋਲ ਸੈਟਿੰਗ ਹੋਣੀ ਚਾਹੀਦੀ ਹੈ ਕਿ ਯੈਸ ਮੇਰੀ ਆਹ ਸੈਟਿੰਗ ਆ ਸਪੋਜ਼ ਕਰੋ ਵੀ ਆਪਾਂ ਫਗਵਾੜੇ ਜਾਣਾ ਆਪਾਂ ਨੂੰ ਰਸਤਾ ਹੀ ਨਹੀਂ ਪਤਾ ਆਪਾਂ ਪਹੁੰਚ ਸਕਦੇ ਕਦੀ ਤੁਸੀਂ ਅੱਜ ਦਿਮਾਗ ਦੇ ਵਿੱਚ ਜਦੋਂ ਤੁਹਾਡੇ ਦਿਮਾਗ ਵਿੱਚ ਆਉਂਦੇ ਨਾ ਫਗਵਾੜੇ ਜਾਣਾ ਫਿਰ ਤੁਹਾਡੇ ਦਿਮਾਗ 'ਚ ਇੱਕ ਨਕਸ਼ਾ ਬਣ ਜਾਂਦਾ ਕਿ ਭਵਿਆਣਾ ਆਊਗਾ ਇਸ ਤੋਂ ਬਾਅਦ ਹੁਸ਼ਿਆਰਪੁਰ ਆਊਗਾ ਇਸ ਤੋਂ ਬਾਅਦ ਰਾਵਲਪਿੰਡੀ ਆਊਗਾ ਇਸ ਤੋਂ ਬਾਅਦ ਖਾਟੀ ਆਊਗਾ ਖਾਟੀ ਤੋਂ ਬਾਅਦ ਫਗਵਾੜਾ ਆਊਗਾ ਤੁਹਾਡੇ ਦਿਮਾਗ 'ਚ ਰੋਡ ਬਣਦਾ ਸਾਨੂੰ ਆਪਣੀ ਲਾਈਫ ਵਿੱਚ ਇੱਦਾਂ ਇੱਕ ਰੋਡ ਮੈਪ ਬਣਾਉਣਾ ਪੈਣਾ ਆਪਣੇ ਆਪ ਸਾਨੂੰ ਰੋਡ ਮੈਪ ਬਣਾਉਣਾ ਪੈਣਾ ਕਿ ਮੈਂ ਪਲੱਸ ਟੂ ਦੇ ਵਿੱਚ ਹਾਂ ਮੈਂ ਹੁਣ ਇਸ ਤੋਂ ਬਾਅਦ ਆਹ ਕਰਨਾ ਇਸ ਤੋਂ ਬਾਅਦ ਆਹ ਕਰਨਾ ਅਤੇ ਇੱਕ ਬੜੀ ਇੰਪੋਰਟੈਂਟ ਗੱਲ ਆ ਇਹ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਹੋ ਸਕਦਾ ਪਹਿਲਾਂ ਹੋਵੇ ਥੋੜ੍ਹੀ ਜਿਹੀ ਪਰ ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੂੰਗਾ ਤੁਸੀਂ 24 ਘੰਟਿਆਂ ਵਿੱਚ 5 ਮਿੰਟ ਕਦੀ ਆਪਣੇ ਆਪ ਨੂੰ ਦਿੱਤੇ ਆ 5 ਮਿੰਟ ਸਿਰਫ ਦਿੱਤੇ 5 ਮਿੰਟ ਕਦੀ ਆਪਣੇ ਆਪ ਨੂੰ ਕੀ ਕਰਦੇ ਹੁੰਦੇ ਉਹਦੇ ਵਿੱਚ 5 ਮਿੰਟਾਂ ਦੇ ਵਿੱਚ ਕੀ ਕਰਦੇ ਹੁੰਦੇ ਉਸ ਤੋਂ ਇਲਾਵਾ ਇਹ ਤਾਂ ਪਰਮਾਤਮਾ ਨੂੰ ਦਿੱਤੇ ਨਾ ਤੁਸੀਂ ਆਪਣੇ ਆਪ ਨੂੰ 5 ਮਿੰਟ ਆਪਣੇ ਆਪ ਨੂੰ ਦਿੱਤੇ ਕਦੀ 5 ਮਿੰਟ ਹਾਂਜੀ ਕਦੀ 5 ਮਿੰਟ ਆਪਣੀ ਲਾਈਫ ਵਿੱਚ ਕਦੀ 24 ਘੰਟਿਆਂ ਦੇ ਵਿੱਚੋਂ ਕੀ ਤੁਸੀਂ 5 ਮਿੰਟ ਕਦੀ ਆਪਣੀ ਲਾਈਫ ਨੂੰ ਦਿੱਤੇ ਆ ਕਿ ਗੁਰਤੇਜ ਸਿੰਘ ਅੱਜ ਤੂੰ ਆਪਣੇ ਬਾਰੇ ਸੋਚਣਾ ਕਿਸੇ ਬਾਰੇ ਨਹੀਂ ਸੋਚਣਾ ਓਂਕਾਰ ਤੂੰ ਅੱਜ ਆਪਣੇ ਬਾਰੇ ਸੋਚਣਾ ਕਿਸੇ ਬਾਰੇ ਨੂੰ ਛੱਡ ਦੇ ਤੂੰ ਆਪਣੇ ਬਾਰੇ ਸੋਚਣਾ ਕਿ ਤੇਰੇ 'ਚ ਕਿਹੜੀਆਂ ਕਮੀਆਂ ਆ ਤੂੰ ਆਪਣੇ ਬਾਰੇ ਸੋਚਣਾ ਕਿ ਉਹ ਵੀਕਨੈਸ ਕਿਹੜੀਆਂ ਆ ਤੂੰ ਆਪਣੇ ਬਾਰੇ ਸੋਚਣਾ ਵੀ ਤੂੰ ਅੱਜ ਕਿਹੜਾ ਚੰਗਾ ਕੰਮ ਕੀਤਾ ਸਾਨੂੰ ਇਹ ਪਤਾ ਵੀ ਤੁਹਾਡੇ ਅੰਦਰ ਇੱਕ ਹੋਰ ਬੰਦਾ ਬੈਠਾ ਹੋਇਆ ਆ ਇੱਕ ਤਾਂ ਬੰਦਾ ਆ ਜਿਹੜਾ ਸਾਹਮਣੇ ਦਿਸ ਰਿਹਾ ਇੱਕ ਇੱਥੇ ਇੱਕ ਇੱਥੇ ਬੰਦਾ ਹੁੰਦਾ ਇੱਕ ਪਤਾ ਤੁਹਾਨੂੰ ਇਸ ਗੱਲ ਦਾ ਇੱਥੇ ਇੱਕ ਬੰਦਾ ਹੁੰਦਾ ਜਿਹੜਾ ਤੁਹਾਨੂੰ ਹਰ ਚੰਗੇ ਕੰਮ ਨੂੰ ਜਾਂ ਮਾੜੇ ਕੰਮ ਨੂੰ ਰੋਕਦਾ ਆ ਕਈ ਵਾਰ ਉਹ ਤੁਹਾਡਾ ਜਿਹੜਾ ਅੰਦਰਲਾ ਬੰਦਾ ਤੁਹਾਨੂੰ ਕਹਿੰਦਾ ਵੀ ਤੂੰ ਮਾੜਾ ਕੰਮ ਕਰ ਰਿਹਾ ਉਹ ਕਹਿੰਦਾ ਪਰ ਤੁਸੀਂ ਮੰਨਦੇ ਨਹੀਂ ਉਹਦੀ ਗੱਲ ਬਾਅਦ 'ਚ ਤੁਹਾਨੂੰ ਅਹਿਸਾਸ ਹੁੰਦਾ ਨਾ ਵੀ ਤੁਸੀਂ ਗਲਤੀ ਕੀ ਹੈ ਐਕਚੁਅਲੀ ਕੀ ਗਲਤੀ ਆ ਤੁਹਾਡੀ ਮਿਸਟੇਕ ਕੀ ਹੈ ਐਕਚੁਅਲੀ ਤੁਹਾਡੀ ਮਿਸਟੇਕ ਹੈਗੀ ਆ ਕਿ ਜਦੋਂ ਤੁਹਾਡੇ ਅੰਦਰ ਕੋਈ ਵੀ ਐਕਸ਼ਨ ਹੁੰਦਾ ਤੁਹਾਡੇ ਅੰਦਰਲਾ ਬੰਦਾ ਕਹਿੰਦਾ ਵੀ ਤੂੰ ਗਲਤ ਕੰਮ ਕਰ ਰਿਹਾ ਤੂੰ ਚੀਟਿੰਗ ਕਰ ਰਿਹਾ ਨਾ ਕਰ ਤੁਸੀਂ ਉਹਦੀ ਗੱਲ ਨਹੀਂ ਮੰਨਦੇ ਉਹ ਬਾਅਦ 'ਚੋਂ ਗਲਤੀ ਬਣ ਜਾਂਦੀ ਇਸ ਲਈ ਜੇ ਲਾਈਫ ਵਿੱਚ ਸਕਸੈਸ ਹੋਣਾ ਨਾ ਤਾਂ ਜਿਹੜਾ ਤੁਹਾਡੇ ਅੰਦਰਲਾ ਬੰਦਾ ਆ ਜਿਹੜਾ ਤੁਹਾਡੇ ਅੰਦਰ ਦੇ ਵਿੱਚ ਇੱਕ ਸੋਲ ਆ ਤੁਹਾਡੀ ਆਤਮਾ ਹੁੰਦੀ ਨਾ ਉਹਨੂੰ ਸੋਲ ਕਹਿੰਦੇ ਆ ਉਹਨੂੰ ਨਿਰਮਲ ਰੱਖੋ ਉਹਨੂੰ ਜੇ ਤੁਹਾਡੇ ਅੰਦਰਲੀ ਜਿਹੜਾ ਬੰਦਾ ਜੋ ਕਹਿੰਦਾ ਨਾ ਉਹਨੂੰ ਮੰਨੋ ਕਿਉਂਕਿ ਉਹ ਜਿਹੜਾ ਅੰਦਰਲਾ ਬੰਦਾ ਨਾ ਉਹਨੇ ਤੁਹਾਡੇ ਤੋਂ ਕੁਛ ਵੀ ਲੈਣਾ ਦੇਣਾ ਨਹੀਂ ਆ ਉਹ ਤੁਹਾਡੇ ਹਿੱਤ ਦੀ ਗੱਲ ਕਰੂਗਾ ਹਮੇਸ਼ਾ ਔਰ ਜਦੋਂ ਹਿੱਤ ਦੀ ਗੱਲ ਕਰੂਗਾ ਨਾ ਉਦੋਂ ਫਿਰ ਤੁਹਾਡੇ ਭਲਾ ਹੋਣ ਵਾਲਾ ਲਾਈਫ ਦੇ ਵਿੱਚ 5 ਮਿੰਟ ਆਪਣੇ ਬਾਰੇ ਜ਼ਰੂਰ ਸੋਚੋ 2 ਦਿਨ ਬਾਅਦ ਸੋਚੋ ਹਫ਼ਤੇ ਬਾਅਦ ਸੋਚੋ 5 ਮਿੰਟ ਸਿਰਫ 5 ਮਿੰਟ 24 ਘੰਟਿਆਂ ਦੇ ਵਿੱਚ ਜੇ 5 ਮਿੰਟ ਤੁਸੀਂ ਆਪਣੇ ਬਾਰੇ ਦੇਤੇ ਨਾ ਕਿ ਅੱਜ ਮੈਂ ਕਿਸੇ ਬਾਰੇ ਨਹੀਂ ਸੋਚਣਾ ਮੈਂ ਆਪਣੇ ਬਾਰੇ ਸੋਚ ਰਿਹਾ ਆਪਣੇ ਬਾਰੇ ਖੁਦ ਬਾਰੇ ਮੈਂ ਆਹ ਗਲਤੀਆਂ ਕੀਤੀਆਂ ਮੈਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਇਹ ਤੁਸੀਂ ਕਿਸੇ ਨੂੰ ਨਹੀਂ ਕਹਿ ਰਿਹਾ ਕਿਸੇ ਦੇ ਸਾਹਮਣੇ ਨੀਵਾਂ ਨਹੀਂ ਹੋਣਾ ਤੁਸੀਂ ਆਪਣੇ ਆਪ ਨੂੰ ਕਹਿਣਾ
कि गलतियां मेरे को हुई नहीं होनी चाहिए सी। अज तू बहुत अच्छा काम किया, वैल डन। वो किया दो तरह की मोटिवेशन आ जिन्हें तुम जिंदगी अगे बढ़ सकते हैं। एक मोटिवेशन आ आउटर मोटिवेशन, तुम चंगा काम करते टीचर कहते वाह वैल डन बहुत वधिया। एक मोटिवेशन हैगी थोड़े अंदरली मोटिवेशन, इनर मोटिवेशन। और बहुत सारे लोग जेड़े आ जिन्हों अपने आप से विश्वास हों वो अपनी इनर मोटिवेशन करके सक्सैस होंगे लाइफ में। लाइफ के ना जो तुम काम हट के करते हैं लोग पागल कहते सू बहुत सारे बंद। और तुम ये दिमाग च बिठा लो जो लोग पागल कह लग पे ना सू लोग कहने सनकी हो गया समझ लो थोड़ी डायरेक्शन बिल्कुल सही है। तुम सक्सैस वाल जा रहे हैं क्योंकि तुम बिल्कुल हट के काम कर रहे हैं। थानू विश्वास आ पर उधर जरूरी है थोड़ा अपना विश्वास, थानू अपने आप से कितना विश्वास आ। जे थानू 100% अपने आप से बिलीव हैगा कि जेड़ा काम मैं कर रहा है वह सक्सैस आ वह सही आ, थोड़ी सोल कह रही है वह सही आ, लोग जो मर्जी कह परवाह नहीं करनी किसी। और जे थानू पता कि तुम सही हो ना वाकई तुम करके दिखाओ। और जो लोग ये कह बंदा पागल हैगा जी वह पागल हो गया बंदा, समझ लो कि तुम सही डायरेक्शन में जा रहे हो। ज़्यादा तो नहीं हो गया। ओके तो हम थोड़ा जहाँ पर ना थोड़ी